ਹੁਸ਼ਿਆਰਪੁਰ 'ਚ ਲੱਕੜੀ ਦਾ ਟਾਲ ਚਲਾਉਣ ਵਾਲੇ ਬਜ਼ੁਰਗ ਦੇ ਨਾਲ ਪ੍ਰਵਾਸੀ ਜੋੜੇ ਦੇ ਵੱਲੋਂ ਨਕਲੀ ਸੋਨੇ ਦੇ ਸਿੱਕੇ ਦੇ ਕੇ 4,20,000 ਰੁਪਏ ਦੀ ਠੱਗੀ ਮਾਰੀ ਗਈ ਹੈ। ਪੀੜਤ ਰਣਜੀਤ ਸਿੰਘ ਨੇ ਦੱਸਿਆ ਕਿ ਇੱਕ ਪ੍ਰਵਾਸੀ ਜੋੜੇ ਦੇ ਵੱਲੋਂ ਰੋਜ਼ ਉਸਦੇ ਟਾਲ ਤੋਂ ਬਾਲਣ ਲਿਜਾਇਆ ਜਾਂਦਾ ਸੀ ਤੇ ਬਾਲਣ ਲਿਜਾਣ ਵਾਲਾ ਵਿਅਕਤੀ ਆਪਣਾ ਨਾਮ ਮੋਹਨ ਭਾਗਵਤ ਦੱਸਦਾ ਸੀ ਤੇ ਆਪਣੇ ਆਪ ਨੂੰ ਇੱਕ ਠੇਕੇਦਾਰ ਦੱਸਦਾ ਸੀ ਤੇ ਬੀਤੇ ਦਿਨ ਹੀ ਉਸਦੇ ਵੱਲੋਂ ਕਿਹਾ ਗਿਆ ਕਿ ਕਿਸੇ ਅਗਿਆਤ ਜਗ੍ਹਾ ਤੋਂ 2,000 ਸਿੱਕੇ ਮਿਲੇ ਨੇ ਤੇ ਉਹ ਉਸਨੂੰ ਚੈੱਕ ਨਹੀਂ ਕਰਵਾ ਸਕਦਾ ਕਿਉਂਕਿ ਉਹ ਇੱਕ ਪ੍ਰਵਾਸੀ ਹੈ ਤੇ ਇੱਕ ਸਿੱਕਾ ਉਸਨੇ ਉਸਨੂੰ ਦੇ ਦਿੱਤਾ ਤੇ ਕਿਹਾ ਕਿ ਸਿੱਕਾ ਸੁਨਿਆਰੇ ਦੀ ਦੁਕਾਨ ਤੇ ਚੈੱਕ ਕਰਵਾ ਲਵੇ ਤੇ ਜਦੋਂ ਪੀੜਤ ਦੇ ਵੱਲੋਂ ਸੁਨਿਆਰੇ ਦੀ ਦੁਕਾਨ ਤੇ ਜਾ ਕੇ ਚੈੱਕ ਕਰਵਾਇਆ ਗਿਆ ਤੇ ਉਹ ਸਿੱਕਾ ਜਿਹੜਾ ਸੀ ਉਹ ਸੋਨੇ ਦਾ ਨਿਕਲਿਆ ਤਾਂ ਸੁਨਿਆਰੇ ਨੇ ਉਸਦੀ ਕੀਮਤ 8,000 ਰੁਪਏ ਦੱਸੀ ਤੇ ਉਸ ਤੋਂ ਬਾਅਦ ਇਸੇ ਪ੍ਰਵਾਸੀ ਨਾਲ ਡੀਲ ਜਿਹੜੀ ਆ ਉਹ 4,20,000 ਰੁਪਏ ਤੇ ਪੱਕੀ ਹੋ ਗਈ। ਪ੍ਰਵਾਸੀ ਨੇ ਪੈਸੇ ਲੈ ਕੇ 2,000 ਸਿੱਕੇ ਦੇ ਦਿੱਤੇ ਤੇ ਜਦੋਂ ਇਹ ਸਿੱਕੇ ਲੈ ਕੇ ਪੀੜਤ ਰਣਜੀਤ ਸਿੰਘ ਸੁਨਿਆਰੇ ਦੀ ਦੁਕਾਨ ਤੇ ਪਹੁੰਚਿਆ ਤਾਂ ਸੁਨਿਆਰੇ ਦੇ ਵੱਲੋਂ ਦੱਸਿਆ ਗਿਆ ਕਿ ਸਿੱਕੇ ਨਕਲੀ ਨੇ, ਜਿਸ ਤੋਂ ਬਾਅਦ ਪੀੜਤ ਹੱਕਾ ਬੱਕਾ ਰਹਿ ਗਿਆ। ਜਿਸ ਤੋਂ ਬਾਅਦ ਪੀੜਤ ਦੇ ਵੱਲੋਂ ਇਹ ਸਾਰੀ ਦਾਸਤਾਂ ਪੁਲਿਸ ਨੂੰ ਵੀ ਦੱਸੀ ਗਈ। ਰਣਜੀਤ ਸਿੰਘ ਜੀ, ਕੀ ਗੱਲਬਾਤ ਹੋਈ ਸੀ ਉਹਨਾਂ ਨਾਲ ਜਿਹਨਾਂ ਕੋਲ ਸੋਨਾ ਖਰੀਦਿਆ ਤੁਸੀਂ? ਤੁਸੀਂ ਚੈੱਕ ਕਰਿਆ ਉਹਨੇ ਸੋਨਾ ਨਹੀਂ ਗਿਆ, ਉਹ ਕਿਹਦੇ ਸਿੱਕੇ ਆ ਪਤਾ ਨਹੀਂ ਕਾਹਦੇ ਆ, ਕਿਹਦੇ ਸਿੱਕੇ ਦਾ ਮੁੱਲ ਕਰਾ ਲਾ 400 ਦੇ ਆ ਕਹਿੰਦੇ। ਅੱਛਾ ਜੀ, ਤੁਸੀਂ ਕਿੰਨੇ ਪੈਸੇ ਦਿੱਤੇ ਉਹਨੂੰ? ਚਾਰ ਨੂੰ ਮੈਂ ਜੋ ਦਿਖਾਣੇ ਦੀ ਥੱਲੇ ਲੁੱਕਦੇ ਵੀ ਕਿੱਟਾ ਲਾ ਕੀ ਕਰ ਰਿਹਾ, ਨਾਮ ਬੋਲਿਆ ਆਪਣਾ ਨਾਮ ਬੋਲਿਆ ਕੀ ਤੁਹਾਡਾ ਨਾਮ? ਇਹ ਵਾਕਿਆ ਹੋਇਆ ਸਾਰਾ ਵਾਕਿਆ ਉਹਨੇ ਉਹ ਇੱਕ ਦਿਖਾ ਕੇ ਤੋਂ ਸੀਗਾ ਉਹ ਸੋਨੇ ਦਾ, ਮੁੜ ਕੇ ਉਹ ਜਿੱਤਾ ਉਹਨਾਂ ਨੂੰ ਕਹਿੰਦੇ ਸਾਰੇ ਨਾਲ ਦੇ ਆ। ਤੁਸੀਂ ਕਿਹਨੂੰ ਚੈੱਕ ਕਰਾਇਆ? ਮੈਂ ਸੁਨਹਿਰੇ ਨੂੰ ਕਰਾਇਆ। ਕੀ ਕਿਹਾ ਸੁਨਹਿਰੇ ਨੇ? ਸੁਨਹਿਰੇ ਨੇ ਕਿਹਾ ਕਿ ਸੋਨੇ ਦਾ ਹੀ ਆ, ਬਾਕੀ ਦਾ ਪਤਾ ਨਹੀਂ, ਉਦੋਂ ਇਹਦੇ ਨਾਲ ਦੇ ਜਾਵੀ ਉਹ ਦਿਖਾ ਲਿਆ ਤਾਂ ਉਹ ਕਹਿੰਦੇ ਸਾਰੇ ਪਿੱਤਲ ਆ ਜਿਹੜਾ ਸੋਨੇ ਦਾ ਉਹ ਵੀ ਲੈ ਗਏ ਹੋਏ। ਕਿੰਨੇ ਪੈਸੇ ਦਿੱਤੇ ਤੁਸੀਂ ਉਹਨੂੰ? 4,20,000। ਕੀ ਇਹਦੀ ਸੂਚਨਾ ਪੁਲਿਸ ਨੂੰ ਦਿੱਤੀ ਤੁਸੀਂ? ਮੈਂ ਉਸ ਨੂੰ ਕਿਹਾ, ਉਹ ਕਹਿੰਦੇ ਸਾਡੇ ਪਾਸੇ ਨਹੀਂ ਗੱਲ। ਜਲੰਧਰ ਤੋਂ ਸੁਰਿੰਦਰ ਦੀ ਰਿਪੋਰਟ।